बिस्मिल्लाह रहमान रहीम, अस्सलाम वालेकुम, की हाल चाल है? अल्लाह पाक दा लख लख करोड़ दफा शुक्र अदा कर दिया जी, सब वधिया वा। उम्मीद कर दिया कि तुसी भी वधिया होंगे। मेरे अब्बू जी कल फोत हो गए ने, अज उन्हां दा कुलां दा खत्म आ। तुसी उन्हां वास्ते दुआए मगफरत करियो कि अल्लाह ताला उन्हां नूं जन्नत नसीब करे, आमीन। तुसी खुसूस मेरे जिन्ने भी देखण वाले आ ना, सब मेरे अब्बू वास्ते दुआ करियो कि अल्लाह ताला उन्होंने जन्नत नसीब करे। कोई भी नहीं, मैं तुम दसिया ना मेरे अब्बू बीमार आ, लेकिन कल मेरे अब्बू बहुत हो गए ने। तुसी उन्होंने वास्ते खुसूसन खुसूसन दुआ करियो। मैं हुण चली सी उधर ही, अज उन्हां दा कुलां दा खत्म आ। कल मेरे अबू जी नू 2:30 बजे मेरे अबू जी का जनाजा सीगा, जोर तो पार कुछ भी नहीं होया, बस थोड़ी जिनी सट लगी सी। तुम दसिया सी ना एक्सीडेंट होया, बस लत तो थोड़ी जिनी सट लगी सी, उते सही हो गई, चलन फिरन भी लग गए सी। कल अचानक ही पता नहीं सुते पे सीगे, जो सुबह उठाया उठे ही ना, अगे मेरी अम्मी फोत हो गए, अल्लाह उन्होंने जन्नत नसीब करे। और मेरे अब्बू जी फोत हो गए, दोनों इस दुनिया तो चले गए ने। जिन्ना जिन्ना दे मां बाप इस दुनिया तो चले गए, अल्लाह पाक उन्होंने सबने जन्नत नसीब करे, सबर करने की तौफीक देवे, आमीन। तो हुण असीं चले उन्होंने फुलां दे खत्म ते, क्योंकि रात में घर आ गई सी, मेरी उत्थे तबीयत नहीं सी सही हैगी, ते मैं कहा मैं घर जानी हाँ। बच्चे सीगे छोटे, ਤੁਹਾਨੂੰ ਪਤਾ ਫਿਰ ਸ਼ਰਾਰਤਾਂ ਕਰਦੇ ਆ, ਇੱਕ ਬੰਦਾ ਖੁਦ ਪਰੇਸ਼ਾਨ ਹੁੰਦਾ ਵਾ, ਤੇ ਨਾਲੇ ਤੁਹਾਨੂੰ ਪਤਾ ਜਾਨਵਰ ਰੱਖੇ ਹੋਏ ਨੇ, ਛੋਟੇ ਛੋਟੇ ਚੂਚੇ ਸੀ। ਮੈਂ ਕਿਹਾ ਇਹਨਾਂ ਨੂੰ ਵੀ ਦਾਣਾ ਪਾਣੀ ਪਾਉਣਾ ਵਾ, ਇਹਨਾਂ ਦਾ ਕੋਈ ਕਸੂਰ ਨਹੀਂ, ਤੇ ਇਸ ਲਈ ਫਿਰ ਮੈਂ ਘਰ ਆ ਗਈ ਸੀ, ਤੇ ਬੱਕਰੇ ਨੂੰ ਵੀ ਪੱਠੇ ਛੱਠੇ ਪਾਉਣੇ ਸੀਗੇ, ਤੇ ਫਿਰ ਮੈਂ ਘਰ ਆ ਗਈ ਸੀਗੀ, ਤੇ ਹੁਣ ਮੈਂ ਸੁਬਹ ਚੱਲੀ ਹਾਂ। ਸਾਡੇ ਸਾਰੇ ਮਹਿਮਾਨ ਚਲੇ ਗਏ, ਅੱਜ ਕੁਲਾਨਾ ਖਤਮ ਸੀ ਮੇਰੇ ਅੱਬੂ ਜੀ ਦਾ, ਕੁਲਾਨਾ ਖਤਮ ਅਸੀਂ ਦਵਾ ਦਿੱਤਾ ਵਾ, ਹੁਣ ਅਸੀਂ ਆਪਣੇ ਆਪਣੇ ਘਰਾਂ ਨੂੰ ਚੱਲੇ ਹਾਂ। ਤੁਹਾਨੂੰ ਪਤਾ ਮਾਂ ਪਿਓ ਦੇ ਨਾਲ ਇੱਥੇ ਤੱਕ ਖੇਡਾਂ ਸੀਗੀਆਂ ਜਿਹੜੀਆਂ ਹੁਣ ਖਤਮ ਹੋ ਗਈਆਂ ਵਾ, ਤੇ ਅੱਲਾ ਸਿਹਤ ਤੰਦਰੁਸਤੀ ਦੇਵੇ ਮੇਰੇ ਭੈਣ ਭਰਾਵਾਂ ਨੂੰ, ਅੱਲਾ ਤਾਲਾ ਉਹਨਾਂ ਦੀ ਹਯਾਤੀ ਰੱਖੇ। ਤੇ ਲੇਕਿਨ ਮਾਂ ਬਾਪ ਦਾ ਦੁੱਖ ਕੋਈ ਨਹੀਂ ਪੂਰਾ ਕਰ ਸਕਦਾ, ਜੋ ਸਾਡੇ ਜੋ ਮਾਂ ਬਾਪ ਆ। ਤੁਹਾਨੂੰ ਪਤਾ ਜ਼ਿਆਦਾ ਨਹੀਂ ਮੈਂ ਵੀਡੀਓ ਬਣਾ ਸਕੀ, ਤੁਹਾਨੂੰ ਪਤਾ ਫਿਰ ਰਿਸ਼ਤੇਦਾਰ ਵੀ ਗੱਲਾਂ ਕਰਦੇ ਆ ਕਿ ਉਹਦਾ ਪਿਓ ਮਰਿਆ, ਉਹਦਾ ਵੀਡੀਓ ਬਣਾਉਂਦੀ ਸੀ। ਲੇਕਿਨ ਜੋ ਧੀਆਂ ਨੂੰ ਤੁਹਾਨੂੰ ਪਤਾ ਪਿਓ ਦਾ ਦੁੱਖ ਆ, ਉਹ ਕਿਸੇ ਨੂੰ ਨਹੀਂ ਹੋ ਸਕਦਾ। ਮੇਰੀ ਪੁੱਪੋ ਸੀਗੀ, ਉਹਨਾਂ ਦਾ ਮੂੰਹ ਨਹੀਂ ਦੇਖਿਆ, ਉਹ ਕਰਾਚੀ ਰਹਿੰਦੇ ਸੀਗੇ, ਉਹ ਅੱਜ ਆਏ ਨੇ। ਉਹਨਾਂ ਦਾ ਰਾਬਤਾ ਹੀ ਨਹੀਂ ਸਾਡੇ ਨਾਲ ਹੋਇਆ ਕਿ ਅਸੀਂ ਉਹਨਾਂ ਨੂੰ ਤਲਾ ਦੇ ਦਈਏ, ਮੇਰਾ ਅੱਬੂ ਅਚਾਨਕ ਹੀ ਚਲਾ ਗਿਆ। ਅਸੀਂ ਸੋਚਿਆ ਵੀ ਨਹੀਂ ਸੀ ਸਾਡਾ ਅੱਬੂ ਇੰਨੀ ਜਲਦੀ ਚਲ ਜਾਊਗਾ। ਹਾਂ ਮੇਰਾ ਭਰਾ ਵਾ, ਤੁਹਾਨੂੰ ਪਤਾ ਬਾਪ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ, ਲੇਕਿਨ ਭਰਾ ਮੇਰੇ ਮਾਸ਼ਾਅੱਲਾ ਚਾਰ ਆ, ਚਾਰ ਭਰਾ ਵਾ। ਤੁਹਾਨੂੰ ਪਤਾ ਤੁਸੀਂ ਮੇਰੇ ਪਿਛਲੇ ਵਲੋਗ 'ਚ ਵੀ ਦੇਖਿਆ ਸੀ ਨਾ ਮੇਰਾ ਭਾਈ, ਤੇ ਅੱਜ ਖਤਮ ਦਵਾਇਆ ਸੀ ਨਾ ਫੁੱਲਾਂ ਦਾ, ਤੇ ਟੈਂਟ ਟੁੰਟ ਉਤਾਰਨ ਦਿਆ ਵਾ। ਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੇਰੇ ਅੱਬੂ ਵਾਸਤੇ ਦੁਆ ਕਰਨੀ ਆ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤਾਂ 'ਚ ਘਰ ਦੇਵੇ, ਜੰਨਤ ਨਸੀਬ ਫਰਮਾਵੇ। ਇੰਨੀ ਜਲਦੀ ਮੇਰੇ ਅੱਬੂ ਚਲ ਜਾਣਗੇ, ਮੈਂ ਇੱਥੇ ਹੀ ਬਲੌਗ ਦਾ ਐਂਡ ਕਰਦੀ ਹਾਂ, ਤੇ ਮੇਰੇ ਅੱਬੂ ਵਾਸਤੇ ਮਗਫਰਤ ਦੁਆ ਕਰੀਏ।